seconds. I will choose. ਹੋ ਮਨ ਵਿੱਚ ਲੈ ਕੇ ਸੁਪਨੇ ਇੰਗਲੈਂਡ ਆਏ ਸੀ ਉਹ ਬਾਪੂ ਦੇ ਕਿਲੇ ਸੀ ਜੋ ਗਹਿਣੇ ਕਰਾਏ ਸੀ ਉਹ ਖੁਸ਼ੀਆਂ ਤੋਂ ਦੂਰ ਯਾਰੋ ਦੁੱਖਾਂ ਵਿੱਚ ਰਹਿੰਦੇ ਆਂ ਤੇ ਲੋਕਾਂ ਪਾਣੇ ਯੂਕੇ ਆ ਕੇ ਐਸ਼ਾਂ ਚ ਰਹਿੰਦੇ ਆਂ ਤੇ ਲੋਕਾਂ ਪਾਣੇ ਯੂਕੇ ਆ ਕੇ ਐਸ਼ਾਂ ਚ ਰਹਿੰਦੇ ਆਂ ਜਦੋਂ ਕਮਾਇਆ ਆਇਆ ਸੀ ਉਦੋਂ ਪਾਉਣ ਦਾ ਰੇਟ ਕਾਫੀ ਘੱਟ ਹੁੰਦਾ ਸੀਗਾ ਹੁਣ ਤਾਂ ਕਾਫੀ ਉੱਚਾ ਹੋਇਆ ਹੈ ਉਹ ਸੋਚਿਆ ਸੀ ਇੱਕ ਤੋਂ 80 ਬਣਾਵਾਂਗੇ ਉਹ ਹਰ ਮਹੀਨੇ ਪਿੰਡ ਨੂੰ ਬਈ 1 ਲੱਖ ਪਾਵਾਂਗੇ ਉਹ ਲੀਸਾਂ ਵਾਲੇ ਦੇਸ਼ ਵਿੱਚ ਖੁਦ ਰੈਂਟੀ ਉੱਤੇ ਰਹਿੰਦੇ ਆਂ ਤੇ ਲੋਕਾਂ ਬਾਣੇ ਯੂਕੇ ਆ ਕੇ ਐਸ਼ਾਂ ਚ ਰਹਿੰਦੇ ਆਂ ਉਹ ਗੋਰੀ ਨਾ ਬਿਆ ਸੀ ਕੀਤਾ ਹੋ ਜਾਂਗੇ ਪੱਕੇ ਬਈ ਉਹ ਵੀਜ਼ਾ ਕੀ ਮੁੱਕਿਆ ਯਾਰੋ ਪੱਲੇ ਪੈ ਗਏ ਧੱਕੇ ਬਈ ਉਹ ਫੌਜੀ ਸਾਨੂੰ ਆਖਦੇ ਨੇ ਲੋਕੀ ਕਰਦੇ ਨੇ ਟਿਚਰਾਂ ਕਈ ਵਾਰੀ ਲੱਗੇ ਜਿੰਦ ਲੰਘ ਜਾਣੀ ਵਿੱਚ ਫਿਕਰਾਂ ਉਹ ਪੱਠੀ ਦੇ ਕੋਲੇ ਵਾਂਗੂ ਤਪਦੇ ਹੀ ਰਹਿੰਦੇ ਆਂ ਤੇ ਲੋਕਾਂ ਪਾਣੇ ਯੂਕੇ ਆ ਕੇ ਐਸ਼ਾਂ ਚ ਰਹਿੰਦੇ ਆਂ ਇੱਕ ਗੋਰਿਆਂ ਦੇ ਲਈ ਸਪੈਸ਼ਲੀ ਗੱਲ ਆ ਜਿਹੜੇ ਇੱਥੇ ਦੇ ਬੋਰ ਨੇ ਉਹ ਸਮਝ ਜਾਣਗੇ ਉਹ ਬੱਦਲ ਨੇ ਉੱਡਦੇ ਤੇ ਕੱਪੜੇ ਨੇ ਕੱਟਦੇ ਉਹ ਬੀਚਾਂ ਉੱਤੇ ਜਾ ਕੇ ਗੋਰੇ ਨਜ਼ਾਰੇ ਜ਼ਾਰੋ ਲੁੱਟਦੇ ਉਹ ਸਾਡੀਆਂ ਤਾਂ ਸਦਰਾਂ ਹਾਏ ਦਿਲ ਵਿੱਚ ਸੜੀਆਂ ਉਹ ਦਿਲ ਦੇ ਬਾਜ਼ਾਰ ਵਿੱਚ ਪੈ ਗਈਆਂ ਮੜੀਆਂ ਉਹ ਖੁਸ਼ੀਆਂ ਤੋਂ ਦੂਰ ਯਾਰੋ ਦੁੱਖਾਂ ਵਿੱਚ ਰਹਿੰਦੇ ਆਂ ਤੇ ਲੋਕਾਂ ਪਾਣੇ ਯੂਕੇ ਆ ਕੇ ਐਸ਼ਾਂ ਚ ਰਹਿੰਦੇ ਆਂ ਲਾਸਟ ਵਨ ਸਾਰੇ ਜਿਹੜੇ ਮੇਰੇ ਵੀਰ ਭੈਣ ਭਰਾ ਇੰਡੀਆ ਤੋਂ ਖਾਸ ਕਰਕੇ ਆਏ ਆ ਰੈਸਟੋਰੈਂਟ ਇੱਕ ਵਿਆਹ ਜਿਨ੍ਹਾਂ ਨੇ ਕੰਮ ਕੀਤਾ ਉਹਨਾਂ ਨੂੰ ਪਤਾ ਉਹ ਮੰਜੀ ਉੱਤੇ ਮਿਲਦਾ ਸੀ ਦੁੱਧ ਦਾ ਗਲਾਸ ਬਈ ਉਹ ਅੱਧੀ ਅੱਧੀ ਰਾਤ ਕਰਾਂ ਹੋਟਲਾਂ ਨੂੰ ਸਾਫ ਬਈ ਉਹ ਜੰਗਲ ਲੱਗ ਗਿਆ ਉਹ ਲਾਲੀ ਤਕਦੀਰਾਂ ਨੂੰ ਉਹ ਦੁੱਖੜੇ ਸੁਣਾਵਾਂ ਦੱਸੋ ਕਿਹੜੇ ਭੈਣਾਂ ਵੀਰਾਂ ਨੂੰ ਉਹ ਗੀਤਾਂ ਰਾਹੀਂ ਬੋਲ ਬੋਲ ਦੁੱਖ ਦਿਲ ਵਾਲੇ ਕਹਿੰਦੇ ਆਂ ਤੇ ਲੋਕਾਂ ਪਾਣੇ ਯੂਕੇ ਆ ਕੇ ਐਸ਼ਾਂ ਚ ਰਹਿੰਦੇ ਆਂ ਜਦੋਂ ਵੀ ਸ਼ਾਮ ਨੂੰ ਫੋਨ ਆਉਂਦਾ ਬਾਈ ਇੱਕ ਆਈਫੋਨ ਭੇਜ ਦੀ ਉਹਨਾਂ ਨੂੰ ਪਤਾ ਇੱਥੇ ਕਿੱਦਾਂ ਮਿਹਨਤ ਨਾਲ ਕਮਾਏ ਹੁੰਦੇ ਆ ਸੋ ਥੈਂਕ ਯੂ ਵੈਰੀ ਮੱਚ ਫੋਰ ਟੋਲਰੇਟਿੰਗ ਮੀ ਥੈਂਕ ਯੂ ਵੈਰੀ ਮੱਚ ਹੈਵ ਅ ਗੁੱਡ ਟਾਈਮ ਥੈਂਕ ਯੂ ਥੈਂਕ ਯੂ ਵੈਰੀ ਮੱਚ ਸਿੰਘ ਥੈਂਕ ਯੂ ਵੈਰੀ ਮੱਚ ਲਾਲੀ ਮਨਪ੍ਰੀਤ